ਕੀ ਪੰਜਾਬ ਦੇ ਵਿੱਚ ਚੱਲ ਰਹੇ ਆਂਗਨਵਾੜੀ ਸੈਂਟਰਾਂ ਦੇ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਜ਼ਹਿਰੀਲਾ ਖਾਣਾ ਪਰੋਸਿਆ ਜਾ ਰਿਹਾ? ਜੇ ਸੱਚ ਹੈ ਇਸ ਗੱਲ ਦੇ ਵਿੱਚ, ਜੇ ਸੱਚਾਈ ਹੈ ਤਾਂ ਪੰਜਾਬ ਸਰਕਾਰ ਲਈ ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਇਹ ਸਵਾਲ ਨੇ ਸਰਕਾਰ ਦੇ ਉੱਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਨੇ। ਅੰਮ੍ਰਿਤਸਰ ਦੇ ਵਿੱਚ ਰਈਆ ਦੇ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰ ਨੇ ਜਦੋਂ ਇਸ ਗੱਲ ਦਾ ਖੁਲਾਸਾ ਆਪਣੇ ਅਫਸਰਾਂ ਦੇ ਅੱਗੇ ਕੀਤਾ ਕਿ ਆਂਗਨਵਾੜੀ ਸੈਂਟਰਾਂ ਦੇ ਵਿੱਚ ਜਿਹੜਾ ਸਮਾਨ ਭੇਜਿਆ ਜਾ ਰਿਹਾ ਉਹ ਠੀਕ ਨਹੀਂ ਹੈ, ਇਸ ਦੇ ਨਾਲ ਹੀ ਗਰਭਵਤੀ ਔਰਤਾਂ ਅਤੇ ਬੱਚਿਆਂ ਦੀ ਸਿਹਤ ਇਸ ਦੇ ਨਾਲ ਖਰਾਬ ਹੋ ਸਕਦੀ ਹੈ, ਅਤੇ ਉਹਨਾਂ ਦੀ ਗੱਲ ਨੂੰ ਸੁਣਨ ਦੀ ਬਜਾਏ ਅਤੇ ਇਸ ਵੱਲ ਧਿਆਨ ਦੇਣ ਦੀ ਬਜਾਏ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਵਿਭਾਗ ਦਾ ਕਹਿਣਾ ਕਿ CDPO ਜਿਹੜੇ ਕਿ ਬਿਕਰਮਜੀਤ ਸਿੰਘ ਨੇ ਇਹ ਗੱਲ ਦਾ ਖੁਲਾਸਾ ਕੀਤਾ, ਉਸਨੇ ਆਪਣੇ ਸਹਿਕਰਮੀਆਂ ਨੂੰ ਪ੍ਰੇਰਿਤ ਕੀਤਾ ਕਿ ਆਂਗਨਵਾੜੀ ਸੈਂਟਰਾਂ ਦੀ ਗਲਤ ਰਿਪੋਰਟ ਤਿਆਰ ਕਰਕੇ ਸਰਕਾਰ ਕੋਲ ਭੇਜੀ ਜਾਏ। ਜਦਕਿ ਬਿਕਰਮਜੀਤ ਸਿੰਘ ਨੇ ਕੁਝ ਦਿਨ ਪਹਿਲਾਂ ਆਂਗਨਵਾੜੀ ਸੈਂਟਰਾਂ ਦੇ ਵਿੱਚ ਇੱਕ ਕੰਪਨੀ ਵੱਲੋਂ ਜਿਹੜਾ ਰਾਸ਼ਨ ਭੇਜਿਆ ਜਾ ਰਿਹਾ ਸੀ ਉਹਦਾ ਮੁੱਦਾ ਚੁੱਕਿਆ ਸੀ, ਹਾਲਾਂਕਿ ਉਹ ਕਿਹੜੀਆਂ ਗਲਤ ਰਿਪੋਰਟਾਂ ਭੇਜਦਾ ਸੀ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। MLA ਅਤੇ ਸੀਨੀਅਰ ਕਾਂਗਰਸੀ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵੀ CDPO ਦੇ ਸਸਪੈਂਸ਼ਨ ਦਾ ਵਿਰੋਧ ਕੀਤਾ ਹੈ ਅਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ। ਉਹ ਲਿਖਦੇ ਨੇ ਕਿ ਮੈਨੂੰ ਦੁੱਖ ਹੈ ਕਿ ਰਈਆ ਅੰਮ੍ਰਿਤਸਰ ਦੇ CDPO ਬਿਕਰਮਜੀਤ ਸਿੰਘ ਵਰਗੇ ਚੰਗੇ ਅਫਸਰ ਨੂੰ ਉਹਨਾਂ ਦੇ ਡਿਪਾਰਟਮੈਂਟ ਵੱਲੋਂ ਇੱਕ ਫਰਮ ਵੱਲੋਂ ਜਿਹੜਾ ਘਟੀਆ ਰਾਸ਼ਨ ਸਪਲਾਈ ਕੀਤਾ ਜਾਂਦਾ ਉਹਨਾਂ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਅਤੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਇੱਕ ਚੈਨਲ ਨੂੰ ਇੰਟਰਵਿਊ ਦਿੰਦਿਆਂ ਬਿਕਰਮਜੀਤ ਸਿੰਘ ਆਖਦੇ ਨੇ ਕਿ 26 ਤਰੀਕ ਨੂੰ ਮੇਰੇ ਕੁਲੀਗ ਦਾ ਮੈਨੂੰ ਫੋਨ ਆਉਂਦਾ ਕਿ ਤੁਹਾਡੀ ਇੱਕ ਲੈਟਰ ਦੇਖੀ ਜਿਸ ਦੇ ਵਿੱਚ ਤੁਹਾਨੂੰ ਸਸਪੈਂਡ ਕਰਨ ਦੇ ਆਰਡਰ ਜਾਰੀ ਕੀਤੇ ਗਏ ਨੇ। ਉਹ ਇਹ ਵੀ ਦੱਸਦੇ ਨੇ ਕਿ ਉਸ ਦੇ ਵਿੱਚ ਕਾਰਨ ਕੀ ਦੱਸਿਆ ਗਿਆ ਕਿ ਮੈਂ ਆਪਣੇ ਸਹਿਕਰਮੀ ਜਿਹੜੇ ਕਿ ਮੇਰੇ ਨਾਲ ਕੰਮ ਕਰਦੇ ਨੇ ਮੈਂ ਉਹਨਾਂ ਨੂੰ ਪ੍ਰੇਰਿਤ ਕਰ ਰਿਹਾ ਹਾਂ ਕਿ ਆਂਗਨਵਾੜੀ ਸੈਂਟਰਾਂ ਦੀ ਗਲਤ ਰਿਪੋਰਟ ਤਿਆਰ ਕਰਕੇ ਭੇਜੀ ਜਾਵੇ। ਉਹ ਆਖਦੇ ਨੇ ਕਿ ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਉਹ ਕਿਹੜੀਆਂ ਗਲਤ ਰਿਪੋਰਟਾਂ ਭੇਜਣ ਲਈ ਆਪਣੇ ਸਹਿਕਰਮੀਆਂ ਨੂੰ ਮਜਬੂਰ ਕਰਦੇ ਨੇ ਅਤੇ ਉਹ ਕਿਹੜੇ ਸਹਿਕਰਮੀ ਨੇ ਜਿਹੜੇ ਉਹਨਾਂ ਦੇ ਆਖੇ ਲੱਗ ਕੇ ਸਰਕਾਰ ਨੂੰ ਗਲਤ ਰਿਪੋਰਟਾਂ ਭੇਜ ਰਹੇ ਨੇ। ਉਹ ਆਖਦੇ ਨੇ ਕਿ ਮੇਰੀ ਸਸਪੈਂਸ਼ਨ ਉਦੋਂ ਹੁੰਦੀ ਹੈ ਜਦੋਂ ਮੈਂ ਮਹਿਕਮੇ ਨੂੰ 2 ਚਿੱਠੀਆਂ ਲਿਖੀਆਂ ਸਨ। ਪਹਿਲੀ ਚਿੱਠੀ ਲਿਖੀ ਗਈ ਸੀ ਕਿ ਜਿਹੜੀ ਫਰਮ ਕੋਲੋਂ ਰਾਸ਼ਨ ਲਿਆ ਜਾਂਦਾ ਉਸਨੇ ਦਲੀਏ ਦੇ ਪੈਕਟ ਜਿਹੜੇ ਹੈ ਸ਼ਾਰਟ ਐਕਸਪਾਇਰੀ ਦੇ ਭੇਜ ਦਿੱਤੇ ਨੇ। ਬੜੀ ਚਲਾਕੀ ਦੇ ਨਾਲ ਇਹਨਾਂ ਦਲੀਆ ਦੇ ਪੈਕਟਾਂ ਨੂੰ ਆਂਗਨਵਾੜੀ ਸੈਂਟਰਾਂ ਦੇ ਵਿੱਚ ਭੇਜੇ ਜਾਣ ਵਾਲੇ ਸਮਾਨ ਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ। ਉਹ ਦੱਸਦੇ ਨੇ ਕਿ ਦੂਜੀ ਚਿੱਠੀ ਮੈਂ ਲਿਖੀ ਅਤੇ ਉਸਦੇ ਵਿੱਚ ਵੀ ਦੱਸਿਆ ਕਿ ਜਿਹੜੀ ਖਿਚੜੀ ਭੇਜੀ ਗਈ ਹੈ ਉਸ ਦੇ ਵਿੱਚ ਤਾਂ ਉੱਲੀ ਲੱਗੀ ਹੋਈ ਹੈ। ਉਹ ਆਖਦੇ ਨੇ ਕਿ ਅਗਲੇ ਦਿਨ ਉਹਨਾਂ ਨੂੰ ਉਸ ਕੰਪਨੀ ਦੇ ਬੰਦੇ ਦਾ ਫੋਨ ਆਉਂਦਾ ਜਿਹੜੀ ਕਿ ਆਂਗਨਵਾੜੀ ਕੇਂਦਰਾਂ ਦੇ ਵਿੱਚ ਰਾਸ਼ਨ ਸਪਲਾਈ ਕਰਦੀ ਹੈ ਅਤੇ ਕਹਿੰਦੇ ਨੇ ਕਿ ਤੁਸੀਂ ਸਾਡੀਆਂ ਸ਼ਿਕਾਇਤਾਂ ਕਰ ਰਹੇ ਹੋ, ਸ਼ਿਕਾਇਤਾਂ ਨਾ ਕਰੋ, ਅਸੀਂ ਤੁਹਾਡਾ ਰਾਸ਼ਨ ਬਦਲ ਦਿਆਂਗੇ। ਬਿਕਰਮਜੀਤ ਸਿੰਘ ਆਖਦੇ ਨੇ ਕਿ ਉੱਲੀ ਫੰਗਸ ਇੱਕ ਜ਼ਹਿਰ ਦਾ ਕੰਮ ਕਰਦਾ, ਹੁਣ ਕੀ ਮੈਂ ਜ਼ਹਿਰ ਗਰਭਵਤੀ ਔਰਤਾਂ ਅਤੇ ਫਿਰ ਬੱਚਿਆਂ ਨੂੰ ਕਿਸ ਤਰ੍ਹਾਂ ਖਵਾ ਸਕਦਾ ਹਾਂ? ਸਵਾਲ ਬਹੁਤ ਵੱਡਾ ਹੈ। ਬੜੇ ਵੱਡੇ ਦੋਸ਼ ਉਹਨਾਂ ਵੱਲੋਂ ਸਮਾਨ ਸਪਲਾਈ ਕਰਨ ਵਾਲੀ ਕੰਪਨੀ ਦੇ ਉੱਤੇ ਲਾਏ ਗਏ ਨੇ। ਉਹ ਇਹ ਵੀ ਆਖਦੇ ਨੇ ਕਿ ਬਰਸਾਤ ਦੇ ਦਿਨਾਂ ਦੇ ਵਿੱਚ ਲੱਕੜ 'ਤੇ ਫੰਗਸ ਲੱਗ ਜਾਂਦੀ ਹੈ, ਫੰਗਸ ਨੂੰ ਜੇ ਬੰਦਾ ਖਾ ਲਵੇ ਤਾਂ ਉਸਦੀ ਮੌਤ ਹੋ ਜਾਂਦੀ ਹੈ, ਅਤੇ ਕੀ ਹੁਣ ਮੈਂ ਆਪਣੇ ਆਂਗਨਵਾੜੀ ਸੈਂਟਰਾਂ ਦੇ ਵਿੱਚ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਨੂੰ ਜ਼ਹਿਰ ਖਵਾ ਦੇਵਾਂ ਤਾਂ ਕਿ ਉਹਨਾਂ ਦੀ ਮੌਤ ਹੋ ਜਾਵੇ? ਉਹ ਆਖਦੇ ਨੇ ਜਦੋਂ ਹੀ ਮੇਰੀ ਕੰਪਨੀ ਦੇ ਬੰਦੇ ਨਾਲ ਗੱਲ ਹੁੰਦੀ ਹੈ ਅਤੇ ਉਸ ਤੋਂ 2 ਘੰਟੇ ਬਾਅਦ ਹੀ ਮੇਰਾ ਸਸਪੈਂਸ਼ਨ ਆਰਡਰ ਜਾਰੀ ਕਰ ਦਿੱਤਾ ਜਾਂਦਾ। ਉਹ ਦੱਸਦੇ ਨੇ ਕਿ ਮੈਂ ਆਪਣੀ ਸੀ ਡੀ
ਪੀਓ ਐਸੋਸੀਏਸ਼ਨ ਦਾ ਜਨਰਲ ਸਕੱਤਰ ਵੀ ਹਾਂ ਅਤੇ ਇੱਕ ਅਧਿਕਾਰੀ ਹੋਣ ਦੇ ਨਾਤੇ ਮੈਂ ਆਪਣੀ ਐਸੋਸੀਏਸ਼ਨ ਦੇ ਵਿੱਚ ਇੱਕ ਮੈਸੇਜ ਪਾਇਆ ਸੀ। ਉਹ ਸਪਸ਼ਟ ਆ ਗਏ ਨੇ ਕਿ ਸਾਡੇ ਕੋਲੋਂ ਵਾਰ ਵਾਰ ਰਿਪੋਰਟਾਂ ਮੰਗੀਆਂ ਜਾ ਰਹੀਆਂ ਸਨ ਅਤੇ ਮੈਂ ਆਪਣੇ ਸਾਥੀਆਂ ਨੂੰ ਇਹ ਸਲਾਹ ਜ਼ਰੂਰ ਦਿੱਤੀ ਸੀ ਕਿ ਤੁਸੀਂ ਸਿਰਫ ਖਾਣਾ ਟੇਸਟ ਕਰਕੇ ਹੀ ਉਸਦੀ ਕੁਆਲਿਟੀ ਦੀ ਰਿਪੋਰਟ ਨਾ ਭੇਜਿਓ, ਬਲਕਿ ਜਦੋਂ ਸਮਾਨ ਤੁਹਾਡੇ ਕੋਲ ਆਉਂਦਾ ਉਸ ਨੂੰ ਪੂਰਾ ਜਾਂਚੋ, ਪਰਖੋ ਅਤੇ ਉਸ ਤੋਂ ਬਾਅਦ ਹੀ ਰਿਪੋਰਟ ਭੇਜੋ। ਉਹ ਇਹ ਵੀ ਦੱਸਦੇ ਨੇ ਕਿ ਜਦੋਂ ਬੰਦੇ ਨੂੰ ਫੂਡ ਪੋਇਜ਼ਨਿੰਗ ਹੁੰਦੀ ਹੈ ਅਤੇ ਉਹ ਬਾਹਰੋਂ ਬੜੇ ਸਵਾਦ ਦੇ ਨਾਲ ਕੋਈ ਚੀਜ਼ ਖਾਂਦਾ ਅਤੇ ਉਸ ਤੋਂ 24 ਤੋਂ 48 ਘੰਟੇ ਬਾਅਦ ਉਸਨੂੰ ਫੂਡ ਪੋਇਜ਼ਨਿੰਗ ਹੁੰਦੀ ਹੈ ਜਿਹੜੀ ਕਿ ਜਾਨਲੇਵਾ ਵੀ ਹੋ ਸਕਦੀ ਹੈ। ਉਹਨਾਂ ਸਪਸ਼ਟ ਆਰੋਪ ਲਾਇਆ ਕਿ ਚੰਡੀਗੜ੍ਹ ਦੇ ਵਿੱਚ ਸਾਡੇ ਹੀ ਦਫ਼ਤਰ ਦੇ ਵਿੱਚ ਕੁਝ ਬੰਦੇ ਦਫ਼ਤਰ ਦੇ ਵਿੱਚ ਕਈ ਪਿਛਲੇ ਸਾਲਾਂ ਤੋਂ ਬੈਠੇ ਨੇ ਜਿਹੜੀਆਂ ਕੰਪਨੀਆਂ ਆਂਗਨਵਾੜੀ ਸੈਂਟਰਾਂ ਦੇ ਉੱਤੇ ਸਮਾਨ ਸਪਲਾਈ ਕਰਦੀਆਂ ਨੇ। ਇਹਨਾਂ ਦੀ ਉਹਨਾਂ ਦੇ ਨਾਲ ਮੋਟੀ ਸੈਟਿੰਗ ਹੈ, ਯਾਨੀ ਕਿ ਅਸਿੱਧੇ ਤੌਰ 'ਤੇ ਉਹ ਆਰੋਪ ਲਾ ਰਹੇ ਨੇ ਕਿ ਇਹ ਬੰਦੇ ਸਮਾਨ ਸਪਲਾਈ ਕਰਨ ਵਾਲੀ ਕੰਪਨੀਆਂ ਕੋਲੋਂ ਰਿਸ਼ਵਤ ਲੈਂਦੇ ਨੇ। ਉਹ ਸਪਸ਼ਟ ਆਖਦੇ ਨੇ ਕਿ ਸਰਕਾਰਾਂ ਤਾਂ ਬਦਲ ਜਾਂਦੀਆਂ, ਪਹਿਲੇ ਅਕਾਲੀ ਬੀਜੇਪੀ ਸਰਕਾਰ ਸੀ, ਫਿਰ ਕਾਂਗਰਸ ਆਈ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਅਤੇ ਸਰਕਾਰ ਦੇ ਰਹਿੰਦਿਆਂ ਵੀ ਕਈ ਵਾਰ ਮੰਤਰੀ ਬਦਲ ਜਾਂਦੇ ਨੇ, ਪਰ ਜਿਹੜਾ ਉੱਪਰਲਾ ਅਮਲਾ ਸਰਕਾਰੀ ਅਫਸਰ ਜਿਹੜੇ ਕਿ ਦੀਮਕ ਵਾਂਗ ਮੁਲਕ ਅਤੇ ਪੰਜਾਬ ਨੂੰ ਖਾ ਰਹੇ ਨੇ ਉਹ ਉੱਥੇ ਹੀ ਰਹਿੰਦੇ ਨੇ, ਆਪਣੀਆਂ ਪਹਿਲੀਆਂ ਸੀਟਾਂ 'ਤੇ ਬੈਠੇ ਰਹਿੰਦੇ ਨੇ, ਯਾਨੀ ਕਿ ਉਹਨਾਂ ਅਫਸਰਾਂ 'ਤੇ ਉਹਨਾਂ ਨੇ ਸਵਾਲ ਚੁੱਕ ਦਿੱਤੇ ਨੇ। ਉਹ ਇਹ ਵੀ ਆਖਦੇ ਨੇ ਕਿ ਇਹ ਇੰਨੇ ਪਾਵਰਫੁੱਲ ਲੋਕ ਨੇ, ਜੇ ਇਹਨਾਂ ਦੇ ਖਿਲਾਫ਼ ਕੋਈ ਆਵਾਜ਼ ਚੁੱਕਦਾ ਅਤੇ ਉਹਨਾਂ ਨੂੰ ਜਾਂ ਤਾਂ ਬਦਲਵਾ ਦਿੱਤਾ ਜਾਂਦਾ ਜਾਂ ਫਿਰ ਸਸਪੈਂਡ ਕਰਵਾ ਦਿੱਤਾ ਜਾਂਦਾ ਅਤੇ ਕਈ ਵਾਰ ਉਹਨਾਂ ਨੂੰ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਨੇ। ਉਹ ਦੱਸਦੇ ਨੇ ਕਿ ਸਾਡੇ ਡਿਪਾਰਟਮੈਂਟ ਦੇ ਵਿੱਚ 100 ਦੇ ਕਰੀਬ CDPO ਨੇ, ਜਿਨ੍ਹਾਂ ਦੇ ਵਿੱਚੋਂ 51 ਨੂੰ ਚਾਰਜਸ਼ੀਟ ਕੀਤਾ ਗਿਆ ਸੀ। ਇਹ ਘਟਨਾ ਉਹ ਦੱਸਦੇ ਨੇ ਕਿ 3 ਸਾਲ ਪੁਰਾਣੀ ਹੈ, ਇੱਕ ਲਰਨਿੰਗ ਕਿੱਟਾਂ ਦਾ ਕੇਸ ਹੋਇਆ ਸੀ ਕਰੀਬ 3 ਸਾਲ ਪਹਿਲਾਂ, ਕਿ ਉਸ ਵੇਲੇ ਬੱਚਿਆਂ ਨੂੰ ਖੇਡਣ ਦਾ ਸਮਾਨ ਦੀਆਂ ਕਿੱਟਾਂ ਸਪਲਾਈ ਕੀਤੀਆਂ ਜਾਣੀਆਂ ਸਨ। ਸਮਾਨ ਸਪਲਾਈ ਵੀ ਕਰ ਦਿੱਤਾ ਗਿਆ ਜਦੋਂ ਰਿਪੋਰਟਾਂ ਮੰਗੀਆਂ ਗਈਆਂ, ਜਲਦਬਾਜ਼ੀ ਦੇ ਵਿੱਚ ਆਖਿਆ ਗਿਆ ਕਿ ਇਹਨਾਂ ਦੀਆਂ ਰਿਪੋਰਟਾਂ ਛੇਤੀ ਛੇਤੀ ਬਣਾ ਕੇ ਭੇਜੋ, ਕਿ ਜਿਹੜਾ ਸਮਾਨ ਕੰਪਨੀ ਵੱਲੋਂ ਬੱਚਿਆਂ ਲਈ ਭੇਜਿਆ ਗਿਆ ਉਹ ਠੀਕ ਹੈ। ਉਹ ਦੱਸਦੇ ਨੇ ਕਿ ਜਲਦਬਾਜ਼ੀ ਦੇ ਵਿੱਚ ਕੁਛ ਅਫਸਰਾਂ ਵੱਲੋਂ ਰਿਪੋਰਟਾਂ ਭੇਜ ਦਿੱਤੀਆਂ ਗਈਆਂ ਕਿ ਸਮਾਨ ਠੀਕ ਹੈ, ਪਰ ਬਾਅਦ ਦੇ ਵਿੱਚ ਮੀਡੀਆ ਦੇ ਵਿੱਚ ਖੁਲਾਸਾ ਹੋਇਆ ਕਿ ਇਹ ਕਿੱਟਾਂ ਦੀ ਕੁਆਲਿਟੀ ਬਹੁਤ ਹੀ ਘਟੀਆ ਸੀ ਅਤੇ ਉਸ ਤੋਂ ਬਾਅਦ ਸਰਕਾਰ ਨੇ ਰਿਪੋਰਟ ਭੇਜਣ ਵਾਲੇ ਅਫਸਰਾਂ ਨੂੰ ਚਾਰਜਸ਼ੀਟ ਕਰ ਦਿੱਤਾ। ਉਹ ਵੀ ਆਖਦੇ ਨੇ ਕਿ ਕਿਸੇ ਵਿੱਚ ਇੱਛਾ ਸ਼ਕਤੀ ਨਹੀਂ ਹੈ ਕਿ ਬਦਲਾਵ ਲਿਆਂਦਾ ਜਾਵੇ। ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਇੱਕ ਅਹਿਮ ਡਿਪਾਰਟਮੈਂਟ ਹੈ, ਇਹ ਡਿਪਾਰਟਮੈਂਟ ਸਿੱਧੇ ਤੌਰ 'ਤੇ ਗਰਭਵਤੀ ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਦੇ ਨਾਲ ਡੀਲ ਕਰਦਾ ਹੈ, ਪਰ ਸਾਡੇ ਲੀਡਰਾਂ ਨੂੰ ਇਸ ਡਿਪਾਰਟਮੈਂਟ ਦੀ ਅਹਿਮੀਅਤ ਦਾ ਹੀ ਕੋਈ ਪਤਾ ਨਹੀਂ ਹੈ। ਜਿਸ ਕਿਸੇ ਨੂੰ ਵੀ ਮੰਤਰੀ ਰਹਿੰਦਿਆਂ ਇਹ ਡਿਪਾਰਟਮੈਂਟ ਮਿਲ ਜਾਂਦਾ ਹੈ ਅਤੇ ਉਹਨੂੰ ਲੱਗਦਾ ਕਿ ਮੇਰੇ ਨਾਲ ਧੱਕਾ ਹੋਇਆ, ਮੈਨੂੰ ਇਹ ਡਿਪਾਰਟਮੈਂਟ ਕਿਉਂ ਦਿੱਤਾ ਗਿਆ। ਉਹਨਾਂ ਨੇ ਪੂਰੀ ਤਰ੍ਹਾਂ ਜਿਹੜੀ ਹੈ ਟੈਂਡਰਿੰਗ ਪ੍ਰੋਸੈਸ ਨੂੰ ਹੀ ਕਟਘਰੇ ਦੇ ਵਿੱਚ ਖੜ੍ਹਾ ਕਰ ਦਿੱਤਾ, ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ, ਉਹਨਾਂ ਨੇ ਇਹ ਵੀ ਮੰਗ ਕੀਤੀ ਹੈ, ਕਿਉਂਕਿ ਕਰਪਸ਼ਨ ਉੱਤੋਂ ਲੈ ਕੇ ਥੱਲੇ ਤੱਕ ਆਉਂਦੀ ਹੈ, ਕਿਸੇ ਚਪੜਾਸੀ ਦੀ ਇੰਨੀ ਹਿੰਮਤ ਨਹੀਂ ਕਿ ਉਹ ਥੱਲਿਓਂ ਕਰਪਸ਼ਨ ਕਰ ਸਕੇ ਬਿਨਾਂ ਕਿਸੇ ਵੱਡੇ ਅਫਸਰ ਦੀ ਮਰਜ਼ੀ ਤੋਂ ਬਿਨਾਂ। ਇਸ ਤਰ੍ਹਾਂ ਕਰਪਸ਼ਨ ਉੱਤੋਂ ਥੱਲੇ ਯਾਨੀ ਕਿ ਟੌਪ ਟੂ ਬੋਟਮ ਆਉਂਦੀ ਹੈ, ਇਹ ਆਰੋਪ ਉਹਨਾਂ ਵੱਲੋਂ ਲਾਏ ਗਏ ਨੇ। ਉਹ ਇਹ ਵੀ ਆਖਦੇ ਨੇ ਕਿ ਸਿਰਫ ਮੇਰੇ ਨਾਲ ਪ੍ਰੋਬਲਮ ਇਸ ਕਰਕੇ ਹੈ ਕਿਉਂਕਿ ਇਹਨਾਂ ਵੱਲੋਂ ਐਤਵਾਰ ਨੂੰ ਕਲੀਅਰਿੰਗ ਸਰਟੀਫਿਕੇਟ ਮੰਗਿਆ ਗਿਆ ਸੀ ਅਤੇ ਮੈਂ ਆਪਣੇ ਸਾਥੀਆਂ ਨੂੰ ਆਖਿਆ ਸੀ ਕਿ ਬਿਨਾਂ ਜਾਂਚ ਤੋਂ ਬਿਨਾਂ ਵੇਖਿਓ ਕੋਈ ਵੀ ਰਿਪੋਰਟ ਐਵੇਂ ਨਾ ਭੇਜ ਦਿਓ ਅਤੇ ਉਹ ਨਾ ਹੋਵੇ ਬਾਅਦ ਦੇ ਵਿੱਚ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ। ਉਹ ਇਹ ਵੀ ਕਹਿੰਦੇ ਨੇ ਕੋਈ ਨਹੀਂ ਚਾਹੁੰਦਾ ਕਿ ਸਿਸਟਮ ਦੇ ਵਿੱਚ ਬਦਲਾਵ ਆਵੇ ਅਤੇ ਮਹਿਕਮੇ ਦੇ ਮੰਤਰੀ ਡਾਕਟਰ ਬਲਜੀਤ ਕੌਰ ਦੀ ਉਹ ਤਾਰੀਫ ਕਰਦੇ ਨੇ, ਕਹਿੰਦੇ ਨੇ ਉਹਨਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਮਹਿਕਮੇ 'ਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ,
ਪਰ ਉਹਨਾਂ ਦੇ ਆਲੇ ਦੁਆਲੇ ਜਿਹੜੇ ਲੋਕ ਬੈਠੇ ਨੇ ਉਹ ਉਹਨਾਂ ਨੂੰ ਠੀਕ ਢੰਗ ਦੇ ਨਾਲ ਕੰਮ ਨਹੀਂ ਕਰਨ ਦੇ ਰਹੇ। ਹੁਣ ਸਵਾਲ ਇਹ ਹੈ ਕਿ ਕੱਟੜ ਇਮਾਨਦਾਰ ਸਰਕਾਰ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਕੱਟੜ ਇਮਾਨਦਾਰ ਮੁੱਖ ਮੰਤਰੀ ਭਗਵੰਤ ਮਾਨ ਇਸ ਅਫਸਰ ਨੂੰ ਬੁਲਾ ਕੇ ਡਿਪਾਰਟਮੈਂਟ ਦੇ ਵਿੱਚ ਫੈਲੇ ਹੋਏ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਾਸਤੇ ਕੋਈ ਕਦਮ ਚੁੱਕਣਗੇ ਜਾਂ ਫਿਰ ਮਾਮਲਾ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਜਾਵੇਗਾ। ਜੇ ਹਜੇ ਵੀ ਕੋਈ ਕਾਰਵਾਈ ਨਹੀਂ ਹੁੰਦੀ ਜਿਸ ਤਰ੍ਹਾਂ ਕਿ ਇਹ ਅਫਸਰ ਬਿਕਰਮਜੀਤ ਸਿੰਘ ਨੇ ਸਵਾਲ ਚੁੱਕੇ ਨੇ ਸਿਸਟਮ ਦੇ ਉੱਤੇ, ਤਾਂ ਫਿਰ ਤਾਂ ਪੰਜਾਬ ਦਾ ਰੱਬ ਹੀ ਰਾਖਾ, ਕੋਈ ਬਦਲਾਵ ਨਹੀਂ ਆਉਣਾ, ਨਾ ਪੰਜਾਬ ਰੰਗਲਾ ਬਣਨਾ ਹੈ ਅਤੇ ਪੰਜਾਬ 'ਤੇ ਕੰਗਲਾ ਪੰਜਾਬ ਬਣੂ। ਉਹ ਆਪਣੀ ਵੀਡੀਓ ਦੇ ਵਿੱਚ ਕਹਿ ਰਹੇ ਨੇ ਕਿ ਬੱਚਿਆਂ ਨੂੰ, ਯੂਥ ਨੂੰ ਕਿ ਤੁਹਾਨੂੰ ਸਰਕਾਰੀ ਨੌਕਰੀ ਨਾਲੋਂ ਚੰਗਾ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਨੌਕਰੀ ਕਰ ਲਓ, ਵਿਦੇਸ਼ਾਂ ਦੇ ਵਿੱਚ ਚਲੇ ਜਾਓ, ਇੱਥੇ ਕੱਖ ਨਹੀਂ ਰੱਖਿਆ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਜਿਹੜੀ ਪੋਸਟ ਸ਼ੇਅਰ ਕੀਤੀ ਹੈ, ਉਹਨਾਂ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਜਿਹਦੇ ਵਿੱਚ ਵਿਕਰਮਜੀਤ ਸਿੰਘ ਇਹ ਦੱਸ ਰਹੇ ਨੇ ਕਿ ਆਂਗਨਵਾੜੀ ਕੇਂਦਰਾਂ ਦੇ ਵਿੱਚ ਫੰਗਸ ਲੱਗਿਆ, ਰਾਸ਼ਨ ਦਿੱਤਾ ਜਾ ਰਿਹਾ ਸੀ ਅਤੇ ਇੱਕ ਜ਼ਹਿਰ ਆ, ਅਤੇ ਜੇ ਪ੍ਰੈਗਨੈਂਟ ਔਰਤਾਂ ਅਤੇ ਬੱਚਿਆਂ ਨੂੰ ਇਹ ਜ਼ਹਿਰ ਦਿੱਤਾ ਜਾਏਗਾ ਅਤੇ ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਉਹ ਆਪਣੇ ਅਫਸਰਾਂ ਨੂੰ ਦੱਸਣ। ਉਹ ਇਹ ਵੀ ਦੱਸਦੇ ਨੇ ਕਿ ਫੰਗਸ ਬਰਸਾਤੀ ਦਿਨਾਂ ਦੇ ਵਿੱਚ ਲੱਕੜ 'ਤੇ ਆ ਜਾਂਦੀ ਹੈ, ਜੇ ਉਹਨੂੰ ਕੋਈ ਖਾ ਲਵੇ ਤਾਂ ਉਹਦੀ ਮੌਤ ਹੋ ਸਕਦੀ ਹੈ। ਹੁਣ ਡਿਪਾਰਟਮੈਂਟ ਵੱਲੋਂ ਜਿਹੜਾ ਉਹਨਾਂ ਦਾ ਸਸਪੈਂਸ਼ਨ ਲੈਟਰ ਜਾਰੀ ਕੀਤਾ ਗਿਆ, ਉਹਦੇ ਉੱਤੇ ਪ੍ਰਿੰਸੀਪਲ ਸੈਕਟਰੀ ਜਿਹੜੇ ਰਾਜੀ ਪੀ ਸ਼੍ਰੀਵਾਸਤਵ ਉਹਨਾਂ ਦੇ ਹਸਤਾਕਸ਼ਰ ਨੇ, ਜਿਨ੍ਹਾਂ ਨੇ ਲਿਖਿਆ ਕਿ ਬਿਕਰਮਜੀਤ ਸਿੰਘ ਨੇ ਆਪਣੇ ਸਹਿਯੋਗੀਆਂ ਨੂੰ ਆਂਗਨਵਾੜੀ ਕੇਂਦਰਾਂ ਦੀ ਚੈਕਿੰਗ ਦੇ ਸਮੇਂ ਵਿਸ਼ੇਸ਼ ਤੌਰ 'ਤੇ ਗਲਤ ਰਿਪੋਰਟਾਂ ਤਿਆਰ ਕਰਨ ਵਾਸਤੇ ਆਖਿਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ। ਸਸਪੈਂਸ਼ਨ ਵੇਲੇ ਬਿਕਰਮਜੀਤ ਸਿੰਘ ਦਾ ਹੈੱਡਕੁਆਰਟਰ ਚੰਡੀਗੜ੍ਹ ਬਣਾਤਾ ਗਿਆ ਅਤੇ ਸਸਪੈਂਸ਼ਨ ਦੇ ਦੌਰਾਨ ਉਹ ਆਪਣਾ ਹੈੱਡਕੁਆਰਟਰ ਨਹੀਂ ਛੱਡ ਸਕਣਗੇ। ਹੁਣ ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਇਸ ਦੇ ਉੱਤੇ ਕੋਈ ਐਕਸ਼ਨ ਲੈਣਗੇ ਜਾਂ ਫਿਰ ਮਾਮਲਾ ਠੰਡੇ ਬਸਤੇ ਦੇ ਵਿੱਚ ਚਲਾ ਜਾਏਗਾ। ਐਸਾ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਇਮਾਨਦਾਰ ਅਫਸਰਾਂ ਦੀ ਕੋਈ ਕਮੀ ਨਹੀਂ ਹੈ, ਪਰ ਸਾਡਾ ਸਿਸਟਮ ਐਡਾ ਭ੍ਰਸ਼ਟ ਹੋ ਚੁੱਕਿਆ, ਉਹ ਇਮਾਨਦਾਰ ਅਫਸਰਾਂ ਨੂੰ ਕੰਮ ਹੀ ਨਹੀਂ ਦੇਣਾ ਚਾਹੁੰਦਾ। ਜੇ ਕੋਈ ਇਮਾਨਦਾਰੀ ਨਾਲ ਆਪਣਾ ਕੰਮ ਕਰਦਾ ਹੈ ਤੇ ਉਸਦਾ ਹਾਲ ਬਿਕਰਮਜੀਤ ਸਿੰਘ ਵਰਗਾ ਹੀ ਹੁੰਦਾ। ਹੁਣ ਫੈਸਲਾ ਤੁਸੀਂ ਲੈਣਾ। ਪ੍ਰੈਗਨੈਂਟ ਔਰਤਾਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਰਾਸ਼ਨ ਜਾ ਰਿਹਾ, ਜਿਹੜੀ ਉੱਲੀ ਆ ਫੰਗਸ ਆ, ਉਹ ਬੇਸਿਕਲੀ ਇੱਕ ਜ਼ਹਿਰ ਆ, ਲੱਕੜ ਤੇ ਫੰਗਸ ਹੁੰਦੀ ਆ, ਬਾਰਿਸ਼ ਦੇ ਦਿਨਾਂ ਚ ਖਾ ਲੋਗੇ ਤਾਂ ਬੰਦੇ ਦੀ ਡੈਥ ਹੋ ਸਕਦੀ ਆ। ਜ਼ਹਿਰ ਭੇਜੋਗੇ ਮੇਰੇ ਆਂਗਨਵਾੜੀ ਸੈਂਟਰ ਚ, ਮੇਰੇ ਹੱਥਾਂ ਨਾਲ ਜ਼ਹਿਰ ਜਾਊਗਾ ਬੱਚਿਆਂ ਨੂੰ, ਪ੍ਰੈਗਨੈਂਟ ਔਰਤਾਂ ਨੂੰ, ਤਾਂ ਮੈਂ ਤਾਂ ਮਹਿਕਮੇ ਨੂੰ ਦੱਸੂਗਾ ਹੀ। ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਦਲਵਾ ਦਾਂਗੇ। ਮੈਂ ਕਿਹਾ ਠੀਕ ਹੈ। ਔਰ ਜਦੋਂ ਉਹਨਾਂ ਦੀ 2-3 ਵਜੇ ਦੇ ਕਰੀਬ ਕਾਲ ਆਈ ਔਰ 2 ਘੰਟੇ ਬਾਅਦ ਹੀ ਮੇਰੀ ਸਸਪੈਂਸ਼ਨ ਜਿਹੜੀ ਉਹ ਹੈੱਡ ਆਫਿਸ ਤੋਂ ਆ ਗਈ ਸੀ, ਕਿ ਮੈਂ ਤਾਂ ਮਹਿਕਮੇ ਨੂੰ ਚਿੱਠੀਆਂ 2 ਲਿਖੀਆਂ ਹੋਈਆਂ ਸੀਗੀਆਂ ਕਿ ਜਿਹੜਾ ਰਾਸ਼ਨ ਹੈ ਚੰਗਾ ਨਹੀਂ ਹੈਗਾ, ਇਹਨੂੰ ਉੱਲੀ ਲੱਗੀ ਹੋਈ ਆ। ਜਿੱਦਾਂ ਮੈਂ ਚਿੱਠੀ ਲਿਖਦਾ, ਅਗਲੇ ਦਿਨ ਹੀ ਮੈਨੂੰ ਉਹ ਫਰਮ ਦਾ ਫੋਨ ਆਉਂਦਾ ਔਰ ਉਸੇ ਦਿਨ ਹੀ ਸ਼ਾਮ ਨੂੰ ਮੇਰੀ ਸਸਪੈਂਸ਼ਨ ਨਿਕਲ ਜਾਂਦੀ ਆ। ਤੁਸੀਂ ਇਹ ਦੇਖੋ ਕਿ ਪ੍ਰਾਈਵੇਟ ਫਰਮ ਦੀ ਇੰਨੀ ਔਕਾਤ ਆ ਕਿ ਉਹ ਮੈਨੂੰ ਫੋਨ ਕਰੇ ਸਿੱਧਾ। ਮੈਂ ਸਰਕਾਰ ਦਾ ਨੌਕਰ ਆ, ਮੈਂ ਲੋਕਾਂ ਦਾ ਨੌਕਰ ਆ, ਮੈਂ ਕਿਸੇ ਵਪਾਰੀ ਦਾ ਨੌਕਰ ਥੋੜੀ ਬੈਠਾ ਇੱਥੇ। ਪ੍ਰਾਈਵੇਟ ਫਰਮ ਦਾ ਨੁਮਾਇੰਦਾ ਕੌਣ ਹੁੰਦਾ ਹੈ ਮੈਨੂੰ ਫੋਨ ਕਰਕੇ ਕਹਿਣ ਵਾਲਾ ਕਿ ਸਾਡੀ ਕੰਪਲੇਂਟ ਕਿਉਂ ਕੀਤੀ? ਮੈਨੂੰ ਜ਼ਹਿਰ ਵੇਚੋਗੇ ਤਾਂ ਮੈਂ ਕੰਪਲੇਂਟ ਕਰੂੰਗਾ ਹੀ ਨਾ ਤੁਹਾਡੀ। ਫਿਰ ਅਫਸਰਾਂ ਨੂੰ ਵੀ ਥੋੜਾ ਚਾਹੂੰਗਾ ਵੀ ਆਪਣੀ ਅਕਲ ਨੂੰ ਹੱਥ ਮਾਰੋ। ਜਿਹੜੇ ਤੁਸੀਂ ਚੰਡੀਗੜ੍ਹ ਬੈਠੇ ਜਿਹੜੇ ਬਿਗ ਵਿਗਸ ਨੇ ਉਹਨਾਂ ਨੂੰ ਖੁਸ਼ ਕਰਨ ਦੇ ਚੱਕਰ ਚੁੱਕੇ ਰਿਪੋਰਟਾਂ ਭੇਜ ਦਿੰਦੇ ਹਾਂ ਵੀ ਸਾਡਾ ਰਾਸ਼ਨ ਬਹੁਤ ਵਧੀਆ। ਅਸੀਂ ਸਾਰਿਆਂ ਨੇ ਵੀਡੀਓਜ਼ ਦੇਖੀਆਂ ਨੇ ਪੰਜਾਬ ਦੇ ਹਰ ਜ਼ਿਲ੍ਹੇ 'ਚੋਂ ਵੀਡੀਓਜ਼ ਆ ਰਹੀਆਂ, ਔਰ ਇਹ ਤਾਂ ਉਹ ਵੀਡੀਓਜ਼ ਨੇ ਜਿਹੜੀਆਂ ਆਈਆਂ ਨੇ। ਕਈ ਜਗ੍ਹਾ 'ਤੇ ਤਾਂ ਵੀਡੀਓਜ਼ ਰਿਕਾਰਡ ਨਹੀਂ ਹੁੰਦੀਆਂ, ਕਈ ਜਗ੍ਹਾ 'ਤੇ ਤਾਂ ਸੀਡੀਪੀਓ ਦੇ ਵੱਲੋਂ ਜਾਂ ਸੁਪਰਵਾਈਜ਼ਰ ਦੇ ਵੱਲੋਂ ਕਹਿ ਦਿੱਤਾ ਜਾਂਦਾ ਵੀ ਚੁੱਪ ਕਰਕੇ ਇਹਨੂੰ ਇੱਧਰ ਉੱਧਰ ਦਫਨਾ, ਉਸਨੂੰ ਫਿਰ ਰਾਸ਼ਨ ਨੂੰ ਬਾਹਰ ਨਹੀਂ ਗੱਲ ਜਾਣੀ ਚਾਹੀਦੀ। ਅੱਜ ਕਿਸੇ ਵੀ ਜਗ੍ਹਾ ਰਾਸ਼ਨ ਠੀਕ ਨਹੀਂ ਆ ਰਿਹਾ। ਠੀਕ ਹੈ ਜੇ 10 ਦੇ ਵਿੱਚੋਂ 4 ਬੋਰੀਆਂ ਚੰਗੀਆਂ, 5 ਨੇ ਤਾਂ 2 ਉੱਦਾਂ ਦੀਆਂ ਜਿਨ੍ਹਾਂ 'ਚੋਂ ਸਮੈਲ ਆ ਰਹੀ ਹੁੰਦੀ ਆ, 2 ਉਵੇਂ ਦੀਆਂ ਜਿਨ੍ਹਾਂ 'ਚੋਂ ਉੱਲੀ ਲੱਗੀ ਨਿਕਲਦੀ ਹੈ, ਜ਼ਹਿਰ ਨਿਕਲਦਾ। ਉੱਲੀ ਤਾਂ ਜ਼ਹਿਰ ਹੁੰਦੀ ਆ, ਸਾਇੰਸ ਪੜ੍ਹ ਕੇ ਦੇਖੋ 8ਵੀਂ 9ਵੀਂ ਕਲਾਸ ਦੀ, ਫੰਗਸ ਇਜ਼ ਅ ਪੋਇਜ਼ਨ। ਅਸੀਂ ਆਪਣੇ ਬੱਚਿਆਂ ਨੂੰ ਪੋਇਜ਼ਨ ਦੇ ਰਹੇ ਹਾਂ, ਜ਼ਹਿਰ ਦੇ ਰਹੇ, ਔਰ ਅਸੀਂ ਰਿਪੋਰਟਾਂ ਕੀ ਭੇਜ ਰਹੇ ਹਾਂ ਕਿ ਮੈਂ ਚੈਕਿੰਗ ਕੀਤੀ ਔਰ ਰਾਸ਼ਨ ਬਹੁਤ ਵਧੀਆ ਨਿਕਲਿਆ। ਹੋ ਸਕਦਾ ਜਿਹੜੇ ਸੈਂਟਰ ਦੀ ਤੁਸੀਂ ਚੈਕਿੰਗ ਕੀਤੀ ਉਹਦੇ 'ਚ ਰਾਸ਼ਨ ਵਧੀਆ ਨਿਕਲ ਆਇਆ ਹੋਵੇ ਕੁਦਰਤੀ ਤੌਰ 'ਤੇ। ਮੈਂ ਇਹ ਤਾਂ ਕਹਿ ਨਹੀਂ ਰਿਹਾ ਵੀ ਸਾਰਾ ਹੀ ਰਾਸ਼ਨ ਖਰਾਬ ਨਿਕਲਦਾ,
ਬਟ ਬਹੁਤ ਰਾਸ਼ਨ ਵਿੱਚ ਖਰਾਬ ਜਿਹੜਾ ਐਡ ਕਰ ਦਿੱਤਾ ਜਾਂਦਾ ਆ। ਤੁਸੀਂ ਦੇਖੋ ਵੀ ਪੰਜਾਬ ਦੇ 150 ਦੇ ਕਰੀਬ ਬਲਾਕਾਂ ਦੇ ਵਿੱਚ ਜੇ 10-10% ਇਹ ਪੁਰਾਣੀਆਂ ਬੋਰੀਆਂ ਸ਼ਾਮਿਲ ਕਰ ਦੇਣਗੇ ਤੇ ਕਿੰਨਾ ਪੈਸਾ ਆਪਣਾ ਬਚਾ ਜਾਂਦੇ ਨੇ, ਕਿਊਮੂਲੇਟਿਵ ਉਹਦਾ ਇਫੈਕਟ ਦੇਖੋ ਕੀ ਆ। ਤੋ ਮੈਂ ਇਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਇੱਦਾਂ ਪਾਗਲ ਨਾ ਬਣੋ, ਇਹਨਾਂ ਨੂੰ ਓਕੇ ਰਿਪੋਰਟ ਕਿ ਜੀਪ ਦੇ ਟੇਸਟ ਤੇ ਅਸੀਂ ਕਿਵੇਂ ਰਿਪੋਰਟ ਭੇਜ ਸਕਦੇ ਹਾਂ ਕਿ ਰਾਸ਼ਨ ਬਹੁਤ ਵਧੀਆ ਆ, ਜਦਕਿ ਬੱਚਿਆਂ ਨੂੰ ਅਸੀਂ ਖੋਲਦੇ ਹਾਂ ਤਾਂ ਉਹਦੇ ਚੋਂ ਖਰਾਬ ਰਾਸ਼ਨ ਨਿਕਲ ਰਿਹਾ। ਵੀਡੀਓ ਸਭ ਦੇ ਸਾਹਮਣੇ ਆ, ਮੈਨੂੰ ਜ਼ਿਆਦਾ ਬੋਲਣ ਦੀ ਇਹਦੇ ਬਾਰੇ ਲੋੜ ਨਹੀਂ ਹੈਗੀ। ਅਫਸਰਾਂ ਨੂੰ ਮੈਂ ਅਪੀਲ ਕਰੂੰਗਾ, ਤੁਸੀਂ ਇੰਡੀਪੈਂਡੈਂਟ ਆਫਿਸਰਸ ਹੋ, ਪੜ੍ਹੇ ਲਿਖੇ ਹੋ, ਐਜੂਕੇਟਿਡ ਹੋ, ਤੁਸੀਂ ਕਿਸੇ ਨੂੰ ਖੁਸ਼ ਕਰਕੇ ਓਕੇ ਰਿਪੋਰਟ ਕਿਵੇਂ ਭੇਜ ਦਿੰਦੇ ਹਾਂ ਸਿੱਧਾ? ਤੁਹਾਨੂੰ ਵੀ ਪਤਾ ਹੈ ਕਿ ਰਾਸ਼ਨ ਮਾੜਾ ਹੈ, ਮੈਨੂੰ ਵੀ ਪਤਾ ਹੈ ਕਿ ਰਾਸ਼ਨ ਮਾੜਾ ਹੈ, ਮੇਰੇ ਕੋਲ ਪੈਕਟਸ ਨੇ, ਮੇਰੇ ਕੋਲ ਸਬੂਤ ਨੇ।